ਨਮਸਕਾਰ ਦੋਸਤੋ, ਏਵਨ ਪੰਜਾਬੀ ਮੀਡੀਆ ਦੇ ਇਸ ਪਲੇਟਫਾਰਮ ਨੂੰ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਗੱਪਸ਼ਪ ਦੇ ਵਿੱਚ ਗੱਪਸ਼ਪ ਕਰਾਂਗੇ ਬਿਲਕੁਲ ਹਲਕੀ ਫੁਲਕੀ। ਅੱਜ ਦਾ ਜਿਹੜਾ ਵਿਸ਼ਾ ਅਸੀਂ ਚੁਣਿਆ ਹੈਗਾ, ਉਹ ਵਿਸ਼ਾ ਇਹ ਹੈ ਕਿ ਪੂਰੇ ਭਾਰਤ ਵਰਸ਼ ਦੇ ਵਿੱਚ ਜਿੱਥੇ ਰਾਮਲੱਲਾ ਦੇ ਰੰਗ ਵਿੱਚ ਲੋਕ ਰੰਗੇ ਹੋਏ ਨਜ਼ਰ ਆ ਰਹੇ ਨੇ, ਉੱਥੇ ਹੀ ਇਸ ਗੱਲ ਉੱਪਰ ਚਰਚਾ ਕਰਨੀ ਵੀ ਬਣਦੀ ਹੈ ਕਿ 22 ਜਨਵਰੀ ਨੂੰ ਜਦੋਂ ਰਾਮਲੱਲਾ ਜੀ ਦੀ ਮੂਰਤੀ ਸਥਾਪਨਾ ਹੋਣੀ ਹੈ, ਉਹ ਦਿਨ 22 ਜਨਵਰੀ ਹੀ ਕਿਉਂ ਰੱਖਿਆ ਗਿਆ। ਦਿਨ ਸੋਮਵਾਰ ਹੈ, ਸੋਮਵਾਰ ਦੇ ਦਿਨ ਮੂਰਤੀ ਸਥਾਪਨਾ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਹੈਗੀ, ਕਿਹੜੇ ਕਾਰਨ ਨੇ ਕਿ ਜਿਹੜੇ ਹਿੰਦੂ ਧਰਮ ਦੇ ਮੁਖੀ ਨੇ ਸ਼ੰਕਰਾਚਾਰੀਆ, 4 ਸ਼ੰਕਰਾਚਾਰੀਆ ਨੇ, ਉਹਨਾਂ 'ਚੋਂ ਕੋਈ ਉੱਥੇ ਨਹੀਂ ਪਹੁੰਚ ਰਿਹਾ। ਕੀ ਕਾਰਨ ਬਣ ਰਹੇ ਨੇ ਕਿ ਇਹ ਯੋਗ ਬਣਿਆ ਕਿ 22 ਜਨਵਰੀ ਨੂੰ ਹੀ ਉਦਘਾਟਨ ਹੋਣਾ, ਅਤੇ ਕੀ ਕਾਰਨ ਹੈ ਕਿ ਅਯੋਧਿਆ ਦੇ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਦੀਵਾ ਜਗਾਇਆ ਗਿਆ? ਇਹਦੇ ਸਾਰੇ ਉੱਪਰ ਗੱਲਬਾਤ ਕਰਨ ਲਈ ਚਰਚਾ ਦੇ ਵਿੱਚ ਸਾਡੇ ਨਾਲ ਅਸ਼ੋਕ ਸ਼ਰਮਾ ਜੀ ਨੇ, ਜੋ ਕਿ ਏਵਨ ਪੰਜਾਬੀ ਚੈਨਲ ਦੇ ਓਨਰ ਵੀ ਨੇ ਅਤੇ ਸਾਡੇ CEO ਵੀ ਨੇ, ਅਤੇ ਨਾਲ ਹੀ ਸਾਡੇ ਹਰਪ੍ਰੀਤ ਜੀ ਨੇ ਜੋ ਕਿ ਜੋਤਿਸ਼ ਮਾਹਿਰ ਨੇ। ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਕਿਸ ਤਰ੍ਹਾਂ ਦਾ ਇਹ ਸਾਰਾ ਯੋਗ ਮਿਲ ਰਿਹਾ ਹੈਗਾ। ਸੋ ਇਹਨਾਂ ਗੱਲਾਂ ਉੱਪਰ ਚਰਚਾ ਕਰਨੀ ਇਸ ਲਈ ਬਣਦੀ ਹੈ ਕਿਉਂਕਿ ਪੂਰੇ ਭਾਰਤ ਦੇ ਵਿੱਚ ਹੁਣ ਰਾਮ ਸ਼ਬਦ ਤੋਂ ਇਲਾਵਾ ਕੋਈ ਹੋਰ ਸ਼ਬਦ ਨਹੀਂ। ਮੇਰੇ ਖਿਆਲ ਦੇ ਨਾਲ ਕੁਛ ਸਮੇਂ ਪਹਿਲਾਂ ਅਸੀਂ ਰਾਮ ਚੰਦਰ ਜੀ ਨੂੰ ਯਾਦ ਜ਼ਰੂਰ ਕਰਦੇ ਸੀ, ਲੇਕਿਨ ਰਾਮ ਲੱਲਾ ਦਾ ਜਿਹੜਾ ਨਾਮ ਹੈ ਉਹ ਹੁਣ ਜ਼ਬਾਨ 'ਤੇ ਆਇਆ ਹੈ। ਕਿਉਂ ਹਰਪ੍ਰੀਤ ਜੀ, ਦਿਓ ਵਿਚਾਰ। ਹਾਂਜੀ ਹਾਂਜੀ, ਬਿਲਕੁਲ। ਅੱਜ ਉਹ ਸਮੇਂ ਚੱਲ ਰਿਹਾ ਵੀ ਹਰ ਜਗ੍ਹਾ ਦੇ ਉੱਪਰ, ਹਰ ਚੈਨਲ ਦੇ ਉੱਪਰ, ਹਰ ਤੁਸੀਂ ਬਾਜ਼ਾਰ ਦੇ ਚੁਰਾਹੇ ਦੇਖੋ, ਹਰ ਪਾਸੇ ਰਾਮ ਲੱਲਾ ਜੀ ਦੀ ਹੀ ਗੱਲ ਹੋ ਰਹੀ ਹੈ, ਉਹਨਾਂ ਦੇ ਹੀ ਝੰਡੇ ਲੱਗ ਰਹੇ ਨੇ, ਉਹਨਾਂ ਦੀ ਹੀ ਚਰਚਾਵਾਂ ਸਾਰੇ ਪਾਸੇ ਹੋ ਰਹੀਆਂ। ਮੇਰੇ ਖਿਆਲ 'ਚ ਪਹਿਲਾਂ ਜਦੋਂ ਭਗਵਾਨ ਰਾਮ ਨੂੰ ਯਾਦ ਕੀਤਾ ਜਾਂਦਾ, ਜਦੋਂ ਰਾਮ ਚੰਦਰ ਜੀ ਜਾਂ ਭਗਵਾਨ ਰਾਮ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ, ਰਾਮ ਲੱਲਾ ਸ਼ਬਦ ਵੀ ਹੁਣੀ ਆਇਆ। ਸਭ ਤੋਂ ਪਹਿਲੇ ਮੈਨੂੰ ਯਾਦ ਆ, ਅਸੀਂ ਬਚਪਨ ਦੇ ਵਿੱਚ ਰਾਮ ਲੀਲਾ ਦੇਖਣ ਜਾਂਦੇ ਹੁੰਦੇ ਸੀ ਜੀ, ਤਾਂ ਰਾਮ ਚੰਦਰ ਜੀ ਦਾ ਹੀ ਨਾਮ ਲਿਆ ਜਾਂਦਾ ਸੀ, ਰਾਮ ਲੱਲਾ ਕਦੇ ਨਹੀਂ ਗਿਆ। ਬੋਲ ਸਿਆਪਤੀ ਰਾਮ ਚੰਦਰ ਜੀ ਜੈ, ਬਿਲਕੁਲ ਇਹੀ ਗੱਲਾਂ ਹੁੰਦੀਆਂ ਸੀ, ਨਾਰਾ ਲੱਗਦਾ ਹੁੰਦਾ ਸੀ ਜੀ, ਪਵਨ ਸੁਤ ਹਨੂੰਮਾਨ ਜੀ ਕੀ ਜੈ, ਬੋਲ ਸਿਆਪਤੀ ਰਾਮ ਚੰਦਰ ਕੀ ਜੈ, ਮਰਿਆਦਾ ਪੁਰਸ਼ੋਤਮ ਵੀ ਮੰਨਿਆ ਗਿਆ ਉਹਨਾਂ ਨੂੰ। ਤੇ ਖੈਰ ਇਹ ਵਿਸ਼ਾ ਤਾਂ ਆਪਾਂ ਬਚਪਨ ਚ ਲੈ ਗਏ, ਤੇ ਜਿਹੜਾ ਮੇਰਾ ਵਿਸ਼ਾ ਸੀਗਾ ਕਿ ਹਰਪ੍ਰੀਤ ਜੀ, ਤੁਸੀਂ ਜੋਤਿਸ਼ ਮਾਹਿਰ ਹੋ, 22 ਜਨਵਰੀ ਦਾ ਦਿਨ ਜਿਹੜਾ ਰੱਖਿਆ ਗਿਆ ਮੂਰਤੀ ਸਥਾਪਨਾ ਦਾ, ਕੀ ਉਹ ਦਿਨ ਸਹੀ ਬੈਠੇ, ਕਿਹੜੇ ਕਿਹੜੇ ਯੋਗ ਮਿਲੇ ਨੇ? ਹਾਂਜੀ, 22 ਜਨਵਰੀ ਕਾਫੀ ਸ਼ੁਭ ਯੋਗ ਹੈ ਬਣਦੇ ਆ। 22 ਜਨਵਰੀ ਦਵਾਦਸ਼ੀ ਤਿਥੀ ਸੋਮਵਾਰ ਪੈ ਰਹੇ ਜੀ, ਔਰ ਮ੍ਰਿਗ ਸ਼ਿਰਾ ਨਕਸ਼ਤਰ ਹੈ ਇਸ ਦਿਨ ਜੀ, ਅੰਮ੍ਰਿਤ ਯੋਗ ਬਣ ਰਿਹਾ ਜੀ, ਸਰਬੱਤ ਸਿੱਧੀ ਯੋਗ, ਸ਼ਾਮ ਨੂੰ ਰਵੀ ਯੋਗ ਵੀ ਬਣ ਰਿਹਾ ਜੀ। ਇਹ ਯੋਗ ਜਿਹੜੇ ਆ ਬੜੇ ਹੀ ਇੱਕ ਸ਼ੁਭ ਮੰਨੇ ਜਾਂਦੇ ਆ ਜੋਤਿਸ਼ ਦੇ ਮੰਤਵ ਜੀ। ਸੋ ਯਾਨੀ ਕਿ ਇਸ ਉੱਪਰ ਵਧੀਆ ਘੋਖ ਕੀਤੀ ਗਈ ਹੈ ਭਾਰਤ ਸਰਕਾਰ ਵੱਲੋਂ, ਤਾਂ ਇਹ ਦਿਨ ਰੱਖਿਆ ਗਿਆ। ਹਾਂ, ਕੁਛ ਹੱਦ ਤੱਕ ਕਹਿ ਸਕਦੇ ਹਾਂ ਵੀ ਇਹ ਬਹੁਤ ਵਧੀਆ ਯੋਗ ਨੇ। ਇਹਦੇ 'ਚ ਕੋਈ ਵੀ ਕੰਮ ਕਰਨਾ ਹੈ ਉਹ ਬੜਾ ਸ਼ੁਭ ਮੰਨਿਆ ਜਾਂਦਾ ਹੈ। ਅੰਮ੍ਰਿਤ ਯੋਗ ਹੈ, ਰਵੀ ਯੋਗ ਹੈ, ਇਹ ਕੁਦਰਤ ਦੇ ਤੌਰ ਦੇ ਉੱਪਰ ਵੀ ਬਹੁਤ ਵਧੀਆ ਹੈ, ਕੁਦਰਤ ਪ੍ਰਫੁੱਲਿਤ ਹੁੰਦੀ ਹੈ, ਔਰ ਪੂਰੇ ਭਾਰਤ ਵਾਸੀਆਂ ਵਾਸਤੇ ਵੀ ਇਹ ਯੋਗ ਬਹੁਤ ਵਧੀਆ ਰਹੇ। ਸੋ ਭਾਰਤ ਦੇ ਲੋਕਾਂ ਨੂੰ ਇਸ ਗੱਲ ਦੀ ਹੋਰ ਖੁਸ਼ੀ ਹੋਣੀ ਚਾਹੀਦੀ ਕਿ ਇਹ ਦਿਨ ਜਿਹੜਾ ਹੈਗਾ ਬਹੁਤ ਹੀ ਵਧੀਆ ਅਤੇ ਸੁਹਣਾ ਹੋਏਗਾ ਭਾਰਤ ਦੇ ਲੋਕਾਂ ਵਾਸਤੇ ਜਿਹੜਾ ਰੱਖਿਆ ਗਿਆ ਹੈਗਾ। ਇਸ ਉੱਪਰ ਕੀ ਵਿਚਾਰ ਰੱਖਦੇ ਨੇ ਸ਼੍ਰੀ ਅਸ਼ੋਕ ਸ਼ਰਮਾ ਜੀ, ਉਹਨਾਂ ਨਾਲ ਗੱਲਬਾਤ ਕਰਦੇ ਆ? ਦੇਖੋ, ਜੋਤਿਸ਼ ਦੇ ਮਾਧਿਅਮ ਨਾਲ ਤਾਂ ਤੁਹਾਨੂੰ ਹਰਪ੍ਰੀਤ ਨੇ ਜਿਹੜਾ ਦੱਸਿਆ ਹੈਗਾ, ਮੈਨੂੰ ਜੋਤਿਸ਼ ਬਾਰੇ ਤਾਂ ਨਹੀਂ ਜ਼ਿਆਦਾ ਨੌਲੇਜ, ਪਰ ਮੈਂ ਇੰਨਾ ਉਤਸਾਹ ਨਹੀਂ ਅੱਜ ਤੱਕ ਦੇਖਿਆ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਜੋ ਇਹਨਾਂ ਦੇ ਜਿਹੜਾ ਹੈਗਾ ਰਾਮ ਲੱਲਾ ਦਾ
ਕਿਉਂਕਿ ਹਰੇਕ ਹੀ ਧਰਮ ਦੇ ਵਿੱਚ ਸਿੱਖ ਹੈ ਜਾਂ ਮੁਸਲਮਾਨ ਹੈ ਜਾਂ ਹਿੰਦੂ ਹੈ, ਸਭ ਇਕੱਠੇ ਹੋ ਕੇ ਪੂਰਾ ਉਤਸਾਹ ਦਿਖਾ ਰਹੇ ਆ, ਝੰਡੇ ਚੱਕ ਕੇ ਆਪਦਾ ਉੱਥੇ ਪਹੁੰਚ ਰਹੇ ਆ, ਕੋਈ ਲੰਗਰਾਂ ਦਾ ਬੇਸ਼ੁਮਾਰ ਲੰਗਰ ਲੱਗ ਰਹੇ ਆ, ਸ਼ੋਭਾ ਯਾਤਰਾ ਨਿਕਲ ਰਹੀਆਂ ਆਪਣਾ ਹਰ ਸਿਟੀ ਦੇ ਵਿੱਚ, ਵੀ ਬਹੁਤ ਧੂਮਧਾਮ ਨਾਲ ਇਹ ਜਿਹੜੀਆਂ ਹੈਗੀਆਂ ਸ਼ੋਭਾ ਯਾਤਰਾ ਕੱਢੀ ਜਾਂਦੇ ਆ। ਬਾਕੀ ਜਿਹੜੀ ਹੈਗੀ ਹੈ ਜੋਤਿਸ਼ ਦੇ ਹਿਸਾਬ ਨਾਲ ਤਾਂ ਹਰਪ੍ਰੀਤ ਜੀ ਦੱਸ ਸਕਦੇ ਆ, ਮੈਨੂੰ ਜੋਤਿਸ਼ ਬਾਰੇ ਤਾਂ ਜ਼ਿਆਦਾ ਨੌਲੇਜ ਨਹੀਂ ਹੈ। ਬਿਲਕੁਲ, ਇੱਕ ਇੱਕ ਗੱਲ ਦੇ ਉੱਪਰ ਵਿਚਾਰ ਕਰਦੇ ਰਹਾਂਗੇ ਇਸੇ ਤਰ੍ਹਾਂ। ਜਿਵੇਂ ਕਿ ਅਸ਼ੋਕ ਸ਼ਰਮਾ ਜੀ ਨੇ ਦੱਸਿਆ ਕਿ ਜਗ੍ਹਾ ਜਗ੍ਹਾ 'ਤੇ ਲੰਗਰ ਵੀ ਲਗਾਏ ਜਾ ਰਹੇ ਨੇ, ਹਰੇਕ ਸ਼ਹਿਰ ਦੇ ਵਿੱਚ ਰਾਮ ਜੀ ਨੂੰ ਯਾਦ ਕਰਕੇ ਸ਼ੋਭਾ ਯਾਤਰਾਵਾਂ ਨਿਕਲ ਰਹੀਆਂ ਨੇ, ਕਈ ਥਾਵਾਂ ਦੇ ਉੱਪਰ 22 ਤਰੀਕ ਨੂੰ ਸੁੰਦਰ ਕਾਂਡ ਦੇ ਪਾਠ ਵੀ ਹੋਣਗੇ ਸਮੂਹਿਕ ਤੌਰ ਦੇ ਉੱਪਰ। ਜਿਸ ਤਰ੍ਹਾਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਸੀਗਾ ਕਿ ਜਿਹੜੇ ਲੋਕ ਅਯੋਧਿਆ ਨਹੀਂ ਪਹੁੰਚ ਸਕਦੇ ਹੈਗੇ, ਆਪਣੇ ਸ਼ਹਿਰਾਂ 'ਚ ਰਹਿ ਕੇ ਵੀ ਰਾਮ ਜੀ ਨੂੰ ਯਾਦ ਕਰ ਸਕਣਗੇ, ਅਤੇ ਆਪਣੇ ਘਰਾਂ ਦੇ ਉੱਪਰ 5-5 ਦੀਵੇ ਲਗਾਏ ਜਾਣਗੇ। ਦੀਵੇ ਦੀ ਗੱਲ ਕਰਦੇ ਹਰਪ੍ਰੀਤ ਜੀ, ਬਹੁਤ ਵੱਡਾ ਵਿਸ਼ਾਲ ਦੀਵਾ ਜਿਹੜਾ ਹੈਗਾ ਅਯੋਧਿਆ 'ਚ ਜਾਗ੍ਰਿਤ ਕੀਤਾ ਗਿਆ, ਕਹਿੰਦੇ ਵਿਸ਼ਵ ਦਾ ਸਭ ਤੋਂ ਵੱਡਾ ਦੀਵਾ, ਉਹਦਾ ਕੀ ਫਾਇਦਾ ਹੋਏਗਾ ਜੋਤਿਸ਼ ਮੁਤਾਬਕ? ਦੇਖੋ, ਦੀਵਾ ਜਿਹੜਾ ਜੋਤਿਸ਼ 'ਚ ਪ੍ਰਤੀਕ ਹੈ ਰੋਸ਼ਨੀ ਦਾ, ਅਤੇ ਰੋਸ਼ਨੀ ਜਿਹੜੀ ਹੈ ਅੰਧਕਾਰ ਨੂੰ ਖਤਮ ਕਰਦੀ ਹੈ, ਅੰਧਕਾਰ ਜਿਹੜਾ ਪ੍ਰਤੀਕ ਹੈ ਨੈਗਟਿਵਿਟੀ ਦਾ, ਤਾਂ ਜਿਹੜਾ ਦੀਵਾ ਬਾਲਿਆ ਜਾਂਦਾ ਹੈ ਉਹਦੇ ਨਾਲ ਸਾਰੀ, ਜਿੰਨਾ ਵੱਡਾ ਦੀਵਾ ਹੈਗਾ ਉਨੀ ਜ਼ਿਆਦਾ ਨੈਗਟਿਵਿਟੀ ਖਤਮ ਕਰੇਗਾ। ਉਹ ਸਭ ਤੋਂ ਹੋਰ ਮਹੱਤਵ ਦੱਸਾਂ, ਜਿੱਦਾਂ ਸ਼ੁੱਭ ਯੋਗ ਬਣ ਰਹੇ ਨੇ, ਔਰ ਉਤਰਾਇਣ ਸੂਰਜ ਜਿਹੜਾ ਆਪਣੀ ਕਲਾ ਬਦਲ ਕੇ ਉਤਰਾਇਣ 'ਚ ਚੱਲ ਰਿਹਾ ਇਸ ਟਾਈਮ ਜੀ, ਇਹ ਵੀ ਬੜਾ ਸ਼ੁਭ ਮੰਨਿਆ ਜਾਂਦਾ। ਤੁਸੀਂ ਮਹਾਂਭਾਰਤ 'ਚ ਸੁਣਿਆ ਹੋਣਾ, ਇਹ ਭਿਸ਼ਮ ਪਿਤਾਮਹ ਨੇ ਆਪਣੇ ਪ੍ਰਾਣ ਜਿਹੜੇ ਉਤਰਾਇਣ ਦਾ ਵੇਟ ਕੀਤਾ ਸੀ, ਤੀਰਾਂ 'ਚ ਬੈਠੇ ਗਏ ਸੀ, ਉਤਰਾਇਣ ਜਦੋਂ ਆਇਆ ਤਾਂ ਉਦੋਂ ਪ੍ਰਾਣ ਦੇ ਅੱਗੇ ਨੇ, ਮਤਲਬ ਇਦਾਂ ਉਹ ਮੰਨਿਆ ਜਾਂਦਾ ਵੀ ਸਵਰਗ ਦਾ ਦਰਬਾਰ ਵੀ ਖੁੱਲਿਆ ਹੁੰਦਾ, ਦੇਵਤੇ ਸਾਰੇ ਜਾਗੇ ਹੁੰਦੇ, ਦੇਵਤਿਆਂ ਦਾ ਦਿਨ ਮੰਨਿਆ ਜਾਂਦਾ ਇਹ, ਤਾਂ ਇਸ ਟਾਈਮ ਦੇ ਵਿੱਚ ਦੀਵਾ ਪ੍ਰਜਵਲਿਤ ਕਰਨਾ ਬਹੁਤ ਹੀ ਸ਼ੁਭ ਮੰਨਿਆ ਜਾ ਰਿਹਾ। ਤੇ ਜਿਹੜੀ ਮੂਰਤੀ ਸਥਾਪਨਾ ਦੀ ਮੈਂ ਮੁਹੂਰਤ ਦੀ ਗੱਲ ਕਰਾਂ, ਇਹ ਮੁਹੂਰਤ 12:15 ਤੋਂ ਲੈ ਕੇ ਤਕਰੀਬਨ 12:40 ਤੱਕ ਮੰਨਿਆ ਜਾ ਰਿਹਾ, ਜਿਹੜਾ ਸਾਰੇ ਦਿਨ 'ਚ ਅਭੂਤ ਮੁਹੂਰਤ ਹੁੰਦਾ ਹੈ। ਇਹ ਸਾਰੇ ਦਿਨ 'ਚ ਆਉਂਦਾ, ਹਰ ਇੱਕ ਦਿਨ ਇਹ ਇੱਕ ਤਕਰੀਬਨ 40 ਮਿੰਟ ਦਾ ਟਾਈਮ ਹੁੰਦਾ, ਜੋ ਬੜਾ ਸ਼ੁਭ ਮੰਨਿਆ ਜਾਂਦਾ ਸਾਰੇ ਦਿਨ ਦੇ ਵਿੱਚ, ਅਤੇ ਉਸ ਟਾਈਮ ਦੇ ਵਿੱਚ ਮੂਰਤੀ ਸਥਾਪਨਾ ਕੀਤੀ ਜਾ ਰਹੀ ਹੈ, ਜੋ ਕਿ ਇਸ ਦਿਨ ਵਾਸਤੇ, ਇਸ ਸਮਾਗਮ ਵਾਸਤੇ ਬੜਾ ਹੀ ਸ਼ੁਭ ਹੈਗਾ। ਬਿਲਕੁਲ ਸਹੀ ਕਿਹਾ ਹਰਪ੍ਰੀਤ ਜੀ ਨੇ ਕਿ ਉਹ ਦਿਨ ਜਿਹੜਾ ਹੈ ਬੜਾ ਸੋਚ ਕੇ ਰੱਖੇਗਾ, ਸਮਾਂ ਵੀ ਜਿਹੜਾ ਹੈਗਾ ਨਿਰਧਾਰਿਤ ਕੀਤਾ ਗਿਆ। ਉਸ ਪਰਮਾਤਮਾ ਅੱਗੇ ਇਸ ਗੱਲ ਦੀ ਅਸੀਂ ਦੁਆ ਕਰਾਂਗੇ ਕਿ ਉਹ ਸਹੀ ਟਾਈਮ 'ਤੇ, ਸਟੀਕ ਟਾਈਮ ਦੇ ਉੱਪਰ ਸਭ ਕੁਝ ਹੋਵੇ, ਤਾਂ ਜੋ ਪੂਰੇ ਭਾਰਤ ਦਾ ਭਲਾ ਹੋ ਸਕੇ, ਭਾਰਤ ਨੂੰ ਚੰਗਾ ਅੱਗੇ ਆਉਣ ਵਾਲਾ ਸਮਾਂ ਦੇਖਣ ਨੂੰ ਮਿਲੇ। ਅਤੇ ਸ਼ਰਮਾ ਜੀ, ਜਿਵੇਂ ਇਹਨਾਂ ਨੇ ਗੱਲ ਕੀਤੀ ਹੈ, ਬਹੁਤ ਵੱਡਾ ਦੀਵਾ ਜਿਹੜਾ ਵਿਸ਼ਵ ਦੇ ਵਿੱਚ ਸਭ ਤੋਂ ਵੱਡਾ ਦੀਵਾ ਉੱਥੇ ਜਗਾਇਆ ਗਿਆ ਹੈਗਾ, ਪਰ ਜਦੋਂ ਸ਼ਿਲਾਨਿਆਸ ਹੋਣਾ ਸੀ ਕੁਛ ਦਿਨ ਪਹਿਲਾਂ ਰਾਮ ਮੰਦਿਰ ਦੇ ਵੇਲੇ, ਜਦੋਂ ਪੂਰੇ ਇੱਕ ਦੀਪਮਾਲਾ ਕੀਤੀ ਗਈ ਸੀ, ਉਸ ਵੇਲੇ ਇੱਕ ਵੀਡੀਓ ਸਾਹਮਣੇ ਆਇਆ ਸੀ ਜਦੋਂ ਬੱਚੇ ਦੀਵਾ 'ਚ ਤੇਲ ਕੱਢ ਕੱਢ ਕੇ ਆਪਣੀ ਕੇਨੀਆਂ ਭਰ ਰਹੇ ਨੇ ਗਰੀਬ ਬੱਚੇ, ਉਹਦਾ ਵੀ ਕੀ ਇਫੈਕਟ ਸੀਗਾ, ਤੁਸੀਂ ਉਹਦੇ ਬਾਰੇ ਕੀ ਕਹੋਗੇ? ਉਹਦਾ ਜਿਹੜਾ ਬੱਚਿਆਂ ਦਾ ਜਿਹੜਾ ਇਫੈਕਟ ਦਿਖਾਇਆ ਸੀ ਨਾ ਸੋਸ਼ਲ ਮੀਡੀਆ, ਉਹਦਾ ਜਿਹੜਾ 31,000 ਕਿ 21,000 ਦਾ ਦੀਵਾ ਕੋਈ ਇਹਨਾਂ ਨੇ ਜਗਾਇਆ ਸੀ, ਉਹਦਾ ਉਹਨੇ ਪ੍ਰਭਾਵ ਖਤਮ ਕਰਤਾ, ਛੋਟੀ ਜਿਹੀ ਇੱਕ ਕਲਿੱਪ ਨੇ। ਦੇਖੋ, ਗਰੀਬ ਜਿਹੜੇ ਸੀਗੇ ਉਹ ਵਿਚਾਰੇ ਆਪਦੇ ਰੋਟੀ ਪਿੱਛੇ ਤੇਲ ਇਕੱਠਾ ਕਰਦੇ ਨੇ ਦੀਵਿਆਂ ਵਿੱਚੋਂ, ਇਹ ਚੀਜ਼ਾਂ ਦਾ ਵੀ ਇਹਨਾਂ, ਦੇਖੋ ਸਰਕਾਰਾਂ ਨੂੰ ਧਿਆਨ ਰੱਖਣਾ ਚਾਹੀਦਾ, ਕਿਉਂਕਿ ਅੱਜ ਸਰਕਾਰ ਨੇ ਕੀ ਕੀਤਾ, ਲੋਕਾਂ ਨੂੰ ਇਸ ਕੰਮ ਲਾਤਾ ਮੋਦੀ ਨੇ ਵੀ ਦੀਵੇ ਜਗਾਓ ਜੀ, ਉੱਥੇ 31,000 ਦੀਵਾ ਜਿਹੜਾ ਸੀਗਾ ਜਗਾਉਣ ਲੱਗ ਗਏ। ਇਹਦੇ 'ਚ ਕੋਈ ਵੋਟਾਂ ਦੀ ਰਾਜਨੀਤੀ ਵੀ ਹੋ ਸਕਦੀ। ਬਿਲਕੁਲ ਜੀ, ਵੋਟਾਂ ਅਤੇ ਨੋਟਾਂ ਦੀ ਰਾਜਨੀਤੀ ਬਾਕੀ ਹੈਗੀ ਹੈ, ਇਹ ਗੱਲ ਕਹਿਣੀ ਬਣਦੀ ਹੈ। ਵੋਟਾਂ ਵਾਲੀ ਗੱਲ ਇਹਨਾਂ ਨੇ ਦੱਸੀ ਹੈ ਕਿ ਗਰੀਬ ਨੂੰ ਪਹਿਲਾਂ ਰੋਟੀ ਮਿਲਣੀ ਚਾਹੀਦੀ ਹੈ, ਉਹਨੇ ਦੀਵੇ ਜਗਣ ਤੋਂ ਕੀ ਲੈਣਾ ਹੈਗਾ, ਉਹ ਦੀਵੇ ਦਾ ਤੇਲ ਕੱਢ ਕੱਢ ਕੇ ਹੀ ਗਰੀਬ ਬੱਚੇ ਜਿਹੜੇ ਹੈਗੇ ਨੇ ਉਹ ਘਰਾਂ ਨੂੰ ਲਿਜਾ ਰਹੇ ਸੀ, ਹੋ ਸਕਦਾ ਉਹਨਾਂ ਦੇ ਵੇਚਿਆ ਵੀ ਹੋਵੇ।
ਦੂਜੀ ਗੱਲ ਇਹ ਹੈ ਕਿ ਨੋਟਾਂ ਵਾਲੀ ਗੱਲ ਜਿਹੜੀ ਮੈਂ ਕਰ ਰਿਹਾ ਕਿ ਅੱਜ ਰਾਮ ਲੱਲਾ ਦੇ ਨਾਮ ਨਾਲ ਜਿੱਥੇ ਪੂਰਾ ਦੇਸ਼ ਸਰੋਵਰ ਹੋ ਰਿਹਾ, ਉਹਦੇ ਨਾਮ ਦਾ ਗੁਣਗਾਨ ਕਰ ਰਿਹਾ, ਉੱਥੇ ਹੀ ਲੋਕਾਂ ਨੂੰ ਇਮੋਸ਼ਨਲੀ ਔਨਲਾਈਨ ਦੁਕਾਨਦਾਰੀ ਵਾਲੇ ਠੱਗ ਰਹੇ ਨੇ, ਜਿਹੜੇ ਔਨਲਾਈਨ ਤੁਹਾਨੂੰ ਪ੍ਰਸ਼ਾਦ ਭੇਜਣ ਦੀ ਵੀ ਗੱਲ ਕਰ ਰਹੇ ਨੇ, ਔਨਲਾਈਨ ਤੁਹਾਡੇ ਘਰਾਂ 'ਚ ਲੋਕਟ ਭੇਜ ਰਹੇ ਨੇ, ਔਨਲਾਈਨ ਅਯੋਧਿਆ 'ਚ ਬਣੇ ਹੋਏ ਭਵਯ ਮੰਦਰ ਦੇ ਜਿਹੜੇ ਮੋਡਲ ਨੇ ਉਹ ਵੇਚੇ ਜਾ ਰਹੇ ਨੇ, ਸੋ ਦੁਕਾਨਦਾਰੀ ਵੀ ਚੱਲ ਰਹੀ ਹੈ, ਨੋਟਾਂ ਦੀ ਗੱਲ ਵੀ ਇੱਥੇ ਹੋ ਰਹੀ ਹੈ। ਮੈਂ ਤੁਹਾਡੇ ਨਾਲ ਗੱਲ ਕਰਾਂਗਾ ਹਰਪ੍ਰੀਤ ਜੀ ਕਿ ਜਦੋਂ ਅਯੋਧਿਆ 'ਚ ਐਂਟਰ ਹੁੰਦੀ ਹੈ, ਜਿਹੜਾ ਸਭ ਤੋਂ ਮੋਹਰਲਾ ਦੁਆਰ ਹੈ ਉਹਦੇ 'ਤੇ ਸੂਰਿਆ ਦੇਵ ਦੀ ਤਸਵੀਰ ਲੱਗੀ ਹੋਈ, ਸੂਰਿਆ ਦੇਵ ਦੀ ਵੱਡੀ ਸਾਰੀ ਪ੍ਰਤਿਮਾ ਲੱਗੀ ਹੋਈ ਹੈ, ਉਹ ਉੱਥੇ ਲਾਉਣ ਦਾ ਵੀ ਕੀ ਕਾਰਨ ਹੋਏਗਾ ਜੋਤਿਸ਼ ਦਾ? ਜੋਤਿਸ਼ ਦੇ ਵਿੱਚ ਗ੍ਰਹਿਆਂ 'ਚ ਸਭ ਤੋਂ ਮੁੱਖ ਗ੍ਰਹਿ ਜਿਹੜਾ ਸੂਰਿਆ ਮੰਨਿਆ ਜਾਂਦਾ ਜੀ। ਸੂਰਿਆ ਪ੍ਰਕਾਸ਼ਮਈ ਹੈ, ਸੂਰਿਆ ਐਨਰਜੀ ਹੈ। ਜਦੋਂ ਸੂਰਿਆ ਪ੍ਰਗਟ ਹੁੰਦਾ ਤਾਂ ਸਾਰੇ ਜੀਵਾਂ ਦੇ ਵਿੱਚ ਇੱਕ ਦਿਵਯ ਐਨਰਜੀ ਪ੍ਰਗਟ ਹੁੰਦੀ ਹੈ, ਉਹਨਾਂ 'ਚ ਸ਼ਕਤੀ ਪੈਦਾ ਹੁੰਦੀ ਹੈ। ਔਰ ਦੂਸਰੇ ਪਾਸੇ ਮੈਂ ਇੱਕ ਹੋਰ ਸਮਝਦਾ ਵੀ ਰਾਮ ਲੱਲਾ ਜੀ ਦਾ ਜਿਹੜਾ ਵੰਸ਼ ਸੀ ਉਹ ਸੂਰਿਆ ਵੰਸ਼ ਸੀ ਜੀ, ਤਾਂ ਸੂਰਜ ਉਹਨਾਂ ਦੇ ਵੰਸ਼ ਦਾ ਵੀ ਪ੍ਰਤੀਕ ਹੈ। ਬਿਲਕੁਲ ਜੀ, ਸੋ ਸੂਰਿਆ ਵੰਸ਼ ਸੀਗੇ ਰਾਮ ਲੱਲਾ, ਤੇ ਇਸ ਗੱਲ ਉੱਪਰ ਜਿਹੜੀ ਹੈਗੀ ਹੈ ਮੋਹਰ ਲੱਗਣੀ ਵੀ ਬਣਦੀ ਹੈ, ਕਿਉਂਕਿ ਜਿਹੜਾ ਸੂਰਜ ਦੇਵਤਾ ਨੇ ਉਹ ਹਰੇਕ ਇਨਸਾਨ ਨੂੰ ਸਵੇਰੇ ਉੱਠਦੇ ਸਰ ਐਨਰਜੀ ਪ੍ਰਦਾਨ ਕਰਦੇ ਨੇ, ਸੋ ਜਿਹੜਾ ਵੀ ਯਾਤਰੀ ਉੱਥੇ ਪਹੁੰਚੇਗਾ ਪਹਿਲਾਂ ਉਹਨਾਂ ਦੇ ਦਰਸ਼ਨ ਕਰੇਗਾ ਤਾਂ ਉਹ ਐਨਰਜੀ ਉਹਨੂੰ ਮਿਲੇਗੀ, ਅਤੇ ਫਿਰ ਉਸੇ ਭਾਵ ਦੇ ਨਾਲ ਭਗਵਾਨ ਰਾਮ ਦੇ ਦਰਸ਼ਨ ਹੋਣਗੇ। ਇਹ ਪੂਰੇ ਵਿਸ਼ਵ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਹੈਗੀ ਹੈ ਗੱਲ ਜਾ ਰਹੀ ਹੈ, ਕਿਉਂਕਿ ਜੋ ਜੋ ਚੀਜ਼ਾਂ ਹੋ ਰਹੀਆਂ ਨੇ ਉਹ ਮੀਡੀਆ ਵਿੱਚ ਆ ਰਹੀਆਂ ਅਤੇ ਲੋਕਾਂ ਤੱਕ ਪਹੁੰਚ ਰਹੀਆਂ, ਪੂਰੇ ਵਿਸ਼ਵ 'ਚੋਂ ਅਯੋਧਿਆ 'ਚ ਲੋਕ ਪਹੁੰਚ ਰਹੇ ਨੇ। ਅਤੇ ਨਾਲ ਹੀ ਗੱਲ ਕਰਦੇ ਹਾਂ ਕਿ ਹੁਣ ਇਸ ਵੇਲੇ ਜੇ ਅਯੋਧਿਆ ਦਾ ਮਾਹੌਲ ਦੇਖੀਏ ਤਾਂ ਉੱਥੇ ਇੱਕ ਬਹੁਤ ਵਿਸ਼ਾਲ ਕੁੰਭ ਲੱਗ ਚੁੱਕਿਆ ਹੈਗਾ, ਜਿੱਥੇ ਲੋਕ ਪਹੁੰਚੇ ਹੋਏ ਨੇ ਅਤੇ ਟੈਂਟ ਸਿਟੀ ਬਣ ਚੁੱਕੀ ਹੈ, ਲੋਕ ਇੰਤਜ਼ਾਮ ਦੇਖ ਰਹੇ ਨੇ ਅਤੇ ਗਦਗਦ ਹੋ ਰਹੇ ਨੇ ਕਿ ਹਾਂ ਸਾਡੇ ਦੇਸ਼ ਦੇ ਜਿਹੜੀ ਸਰਕਾਰ ਹੈ ਉਹਦੇ ਵੱਲੋਂ ਇਹ ਕੀਤਾ ਹੋਇਆ, ਸਾਰਾ ਇੰਤਜ਼ਾਮ ਪੁਖਤਾ ਹੈਗਾ, ਵਧੀਆ ਹੈਗਾ। ਪਰ ਇਸ ਸਭ ਦੇ ਵਿੱਚ ਜਿਹੜੇ ਹਿੰਦੂ ਸੰਗਠਨਾਂ ਦੇ ਮੁਖੀਆ ਨੇ, ਜਿਹਨਾਂ ਨੂੰ ਅਸੀਂ ਸੀਸ ਵੀ ਨਿਵਾਉਂਦੇ ਹਾਂ ਅਤੇ ਭਗਵਾਨ ਦਾ ਸਥਾਨ ਵੀ ਦਿੰਦੇ ਹਾਂ, ਸ਼ੰਕਰਾਚਾਰੀਆ, ਜਿਹੜੇ ਚਾਰ ਸ਼ੰਕਰਾਚਾਰੀ ਹਿੰਦੂ ਧਰਮ ਦੇ ਹੈਗੇ ਨੇ, ਉਹ ਇਸ ਸਮਾਗਮ 'ਚ ਸ਼ਾਮਿਲ ਹੋ ਰਹੇ। ਪਹਿਲਾਂ ਸ਼ਰਮਾ ਜੀ ਤੋਂ ਪੁੱਛਦੇ ਹਾਂ ਵੀ ਕਾਰਨ ਕੀ ਲੱਗਦਾ? ਸ਼ੰਕਰਾਚਾਰੀਆ ਨੂੰ ਉਹਨਾਂ ਜਿਹੜਾ ਮਾਣ ਸਨਮਾਨ ਮੰਗਦੇ ਸੀ ਉਹਨਾਂ ਮਿਲਿਆ ਨਹੀਂ ਹੋਣਾ, ਇਸ ਕਰਕੇ ਨਹੀਂ ਆਏ ਹੋਣੇ, ਇਹੀ ਰੀਜ਼ਨ ਹੋ ਸਕਦਾ। ਕਿਉਂਕਿ ਦੇਖੋ ਆਪਣਾ ਹਰਪ੍ਰੀਤ ਜੀ ਨੇ ਦੱਸਿਆ ਵੀ ਯੋਗ ਸਹੀ ਹੈ, ਸਭ ਕੁਛ ਸਹੀ ਹੈ, ਸ਼ੰਕਰਾਚਾਰੀਆ ਤੋਂ ਬਿਨਾਂ ਜਿਹੜਾ ਕੀ ਹੈਗੇ ਸੰਤ ਦਾ ਨਾਮ ਹੈ ਦਿਮਾਗ 'ਚ ਨਿਕਲ ਗਿਆ, ਜਿਹੜੇ ਨੇਤਰਹੀਨ ਨੇਤਰਹੀਨ ਹੈ, ਕਿਉਂਕਿ ਉਹਨਾਂ ਨੂੰ ਮਾਣ ਸਨਮਾਨ ਜ਼ਿਆਦਾ ਦਿੱਤਾ। ਮੈਨੂੰ ਲੱਗਦਾ ਵੀ ਸ਼ੰਕਰਾਚਾਰੀਆ ਨੂੰ ਉਹਨਾਂ ਮਾਣ ਸਨਮਾਨ ਨਹੀਂ ਮਿਲਿਆ, ਇਸ ਕਰਕੇ ਹੋ ਸਕਦਾ ਉਹਨਾਂ ਦੇ ਕੋਈ ਦਿਲ 'ਚ ਰੋਸ ਹੋ ਗਿਆ। ਸੋ ਇੱਕ ਭਗਵੇਂ ਚੋਲੇ ਦੇ ਵਿੱਚ ਸਾਧੂ ਜਿਹੜੇ ਪ੍ਰਵਚਨ ਕਰਦੇ ਨੇ ਉਹਨਾਂ ਦੇ ਮਾਨ ਸਨਮਾਨ ਤੋਂ ਸ਼ੰਕਰਾਚਾਰੀਆ ਆਹਤ ਹੋ ਸਕਦੇ ਨੇ, ਇੱਦਾਂ ਸ਼ਰਮਾ ਜੀ ਦਾ ਕਹਿਣਾ ਹੈਗਾ। ਪਰ ਇਹਦੇ ਵਿੱਚ ਜਿਹੜੇ ਜੋਤਿਸ਼ ਵਿਸ਼ੇਸ਼ਗਿਆ ਨੇ ਹਰਪ੍ਰੀਤ ਜੀ, ਉਹਨਾਂ ਦੀ ਰਾਏ ਕੀ ਕਹਿੰਦੀ ਹੈਗੀ, ਕਿਸ ਤਰ੍ਹਾਂ ਤੁਹਾਨੂੰ ਲੱਗਦਾ ਹੈਗਾ ਕਿ ਇਹ ਹੋਇਆ ਸਰ? ਦੇਖੋ ਜੋਤਿਸ਼ ਜਿੱਦਾਂ ਮੈਂ ਦੱਸਿਆ ਸੂਰਿਆ ਦੀ ਉਤਰਾਇਣ 'ਚ ਅੰਮ੍ਰਿਤ ਯੋਗ ਹੈ, ਲੇਕਿਨ ਇਸ ਟਾਈਮ ਦੇ ਵਿੱਚ ਜਿਹੜੇ ਦੇਸ਼ ਦੇ ਚਾਰ ਸ਼ੰਕਰਾਚਾਰਿਆ ਜਿੱਦਾਂ ਈਸਾਈਆਂ ਕੋਲ ਬਹੁਤ ਹੁੰਦਾ, ਉਹਨਾਂ ਕੋਲ ਇੱਕ ਹੁੰਦਾ, ਹਿੰਦੂ ਧਰਮ ਦੇ ਵਿੱਚ ਚਾਰ ਸ਼ੰਕਰਾਚਾਰਿਆ ਚਾਰ ਭਗਵਾਨ ਮੰਨੇ ਗਏ ਆ, ਉਹਨਾਂ ਦੀ ਉੱਥੇ ਹਾਜ਼ਰੀ ਨਾ ਹੋਣਾ ਇੱਕ ਵੱਡਾ ਸਵਾਲ ਪੈਦਾ ਕਰ ਰਿਹਾ, ਅਤੇ ਇਹ ਕਿਤੇ ਨਾ ਕਿਤੇ ਨੈਗੇਟਿਵਿਟੀ ਵੀ ਪੈਦਾ ਕਰ ਰਿਹਾ, ਹੋਣਾ ਜ਼ਰੂਰੀ ਹੈ।
ਹੋਣਾ ਜ਼ਰੂਰੀ ਹੈ, ਸਵਾਲ ਤਾਂ ਫਿਰ ਉੱਥੇ ਖੜਾ ਕਿ ਪਹੁੰਚ ਕਿੰਨੇ ਰਹਿ ਗਏ। ਇਹ ਵੀ ਕਿਹਾ ਜਾ ਰਿਹਾ ਕਿ ਜਦੋਂ ਕੋਈ ਵੱਡਾ ਜੱਗ ਰਚਾਇਆ ਜਾਂਦਾ, ਜਿਵੇਂ ਕਿ ਅਸ਼ਵਮੇਧ ਜੱਗ ਰਚਾਇਆ ਗਿਆ ਸੀ ਭਗਵਾਨ ਰਾਮ ਵੱਲੋਂ, ਅਤੇ ਉਹਨਾਂ ਨੇ ਜਦੋਂ ਉਸ ਪੂਜਾ 'ਚ ਬੈਠਣਾ ਸੀ ਤਾਂ ਉਹਨਾਂ ਦੀ ਅਰਧਾਂਗਣੀ ਨਾਲ ਨਹੀਂ ਸੀਗੀ, ਤਾਂ ਸੋਨੇ ਦੀ ਮੂਰਤੀ ਲਗਾਈ ਗਈ ਸੀ। ਕਿਆਸ ਲਾਈਆਂ ਨੇ ਕਿ ਨਰਿੰਦਰ ਮੋਦੀ ਜੀ ਇਸ ਜੱਗ ਦੇ ਵਿੱਚ ਸ਼ਾਮਿਲ ਹੋਣਗੇ, ਉਹ ਮੂਰਤੀ ਸਥਾਪਨਾ ਕਰਾਉਣਗੇ, ਅਤੇ ਉਹਨਾਂ ਦੀ ਅਰਧਾਂਗਣੀ ਦੀ ਜਗ੍ਹਾ ਕੌਣ ਲਏਗਾ, ਇਹ ਵੀ ਪ੍ਰਸ਼ਨ ਬਣ ਰਿਹਾ। ਹਾਂਜੀ ਬਿਲਕੁਲ, ਇਹ ਜਿੱਦਾਂ ਸੋਸ਼ਲ ਮੀਡੀਆ ਤੋਂ ਵੀ ਆਪਾਂ ਵੀ ਦੇਖ ਰਹੇ ਹਾਂ, ਗੂਗਲ ਮੈਪ ਤੋਂ ਵੀ, ਉਸ 'ਚ ਇਹ ਦੱਸਿਆ ਜਾ ਰਿਹਾ ਵੀ ਨਰਿੰਦਰ ਮੋਦੀ ਜੀ ਦਾ ਮੂਰਤੀ ਸਥਾਪਨਾ ਦਾ ਜਿਹੜਾ ਹੈ ਪ੍ਰੋਗਰਾਮ ਕਰਨਗੇ, ਮੇਨ ਮੁੱਖ ਮਹਿਮਾਨ ਦੇ ਤੌਰ 'ਤੇ ਉਹੀ ਹੋਣਗੇ। ਸ਼ੰਕਰਾਚਾਰਿਆ ਦਾ ਉੱਥੇ ਨਾ ਆਉਣਾ ਹੈ ਸ਼ਾਇਦ ਇਹ ਵੀ ਇੱਕ ਮੁੱਦਾ ਬਣ ਰਿਹਾ, ਕਿਉਂਕਿ ਉਹ ਆਪਣੇ ਭਾਰਤ ਵਰਸ ਦੇ ਵਿੱਚ ਹਿੰਦੂ ਧਰਮ ਦੇ ਵਿੱਚ ਭਗਵਾਨ ਦੀ ਉਪਾਧੀ ਰੱਖਦੇ ਹੈ, ਤਾਂ ਜਿੱਥੇ ਨਰਿੰਦਰ ਮੋਦੀ ਜਾਣਗੇ ਕਿਤੇ ਉਹਨਾਂ ਨੂੰ ਉਹ ਮਾਨ ਸਨਮਾਨ ਨਹੀਂ ਪ੍ਰਾਪਤ ਹੋਏਗਾ। ਹਰਪ੍ਰੀਤ ਜੀ, ਇਹਦੇ ਵਿੱਚ ਇੱਕ ਗੱਲ ਹੈਗੀ ਆ ਵੀ ਜਿਹੜੀ ਕਹਿੰਦੇ ਮੂਰਤੀ ਸਥਾਪਨਾ, ਉਹ ਸਿੰਗਲ ਬੰਦਾ ਨਹੀਂ ਕਰਾ ਸਕਦਾ ਉਹਦੇ ਅੰਦਰਾਂਗਣੀ ਤੋਂ ਬਿਨਾਂ, ਉਹਦੀ ਵਾਈਫ ਨਾਲ ਬੈਠਣਾ ਬੜਾ ਜ਼ਰੂਰੀ ਹੈ। ਜੇ ਉਹਦੀ ਵਾਈਫ ਨਹੀਂ ਬੈਠਦੀ ਤਾਂ ਉਹ ਅਸ਼ੁੱਭ ਨਹੀਂ ਮੰਨਿਆ ਜਾਂਦਾ। ਮੈਨੂੰ ਲੱਗਦਾ ਵੀ ਸ਼ੰਕਰਾਚਾਰਿਆ ਦਾ ਦਿਮਾਗ 'ਚ ਇਹ ਵੀ ਗੱਲ ਸ਼ਾਇਦ ਚੱਲ ਰਹੀ ਹੋਵੇ ਵੀ ਮੂਰਤੀ ਸਥਾਪਨਾ ਜਿਹੜੀ ਹੈਗੀ ਆ ਉਹ ਨਰਿੰਦਰ ਮੋਦੀ ਤੋਂ ਕਰਾ ਰਹੇ ਆ ਜਿਹੜੇ ਮੇਨ, ਕਿਉਂਕਿ ਮੂਰਤੀ ਸਥਾਪਨਾ ਦੇ ਤਾਂ ਕਾਫੀ ਦਿਨ ਲੱਗਦੇ, 4-5 ਦਿਨ ਲੱਗ ਜਾਂਦੇ ਆ, ਜਿਹੜਾ ਉਹ ਜਿਹੜਾ ਜਿੱਥੇ ਸਥਾਪਿਤ ਕਰਨੀ ਆ ਉਹ ਮੋਦੀ ਜੀ ਪ੍ਰਧਾਨ ਮੰਤਰੀ ਜੀ ਜਿਹੜਾ ਹੈਗਾ ਸਥਾਪਿਤ ਕਰ ਰਹੇ ਆ, ਉਸ ਕਰਕੇ ਵੀ ਕੋਈ ਰੋਸ ਹੋ ਸਕਦਾ ਹੈਗਾ। ਹਾਂਜੀ ਹੈ ਬਿਲਕੁਲ, ਇਹ ਚੀਜ਼ ਹੋ ਸਕਦੀ ਹੈ ਵੀ ਉਹਨਾਂ 'ਚ ਇਸ ਚੀਜ਼ ਦਾ ਰੋਸ ਹੋਵੇ, ਕਿਉਂਕਿ ਮੂਰਤੀ ਸਥਾਪਨਾ ਦੀ ਜਿਹੜੀ ਵਿਧੀ ਹੈ ਉਹ ਤਕਰੀਬਨ 7 ਦਿਨ ਦੀ ਹੁੰਦੀ ਹੈ, ਪਰ ਜਿਹੜਾ ਵਿਅਕਤੀ ਮੂਰਤੀ ਸਥਾਪਨਾ ਕਰੇਗਾ ਉਹ 7 ਦਿਨ ਉੱਥੇ ਹੋਣਾ ਚਾਹੀਦਾ। ਦੂਸਰਾ, ਜੋਤਿਸ਼ ਦੇ ਵਿੱਚ ਇਹ ਵੀ ਮੰਨਿਆ ਜਾਂਦਾ ਹੈ ਵੀ ਜਿਹੜਾ ਵਿਆਹਿਆ ਵਿਅਕਤੀ ਹੈ ਜੇ ਉਹ ਕੋਈ ਵੀ ਯੱਗ ਹਵਨ ਕਰਵਾਏਗਾ ਤਾਂ ਉਹ ਆਪਣੀ ਅਰਧਾਨਗੀ ਨੂੰ ਨਾਲ ਲੈ ਕੇ, ਜਦਕਿ ਉਸਦੀ ਅਰਧਾਨਗੀ ਨੂੰ ਕਰਵਾਉਣ ਵਾਲੇ ਵਿਅਕਤੀ ਤੋਂ ਜ਼ਿਆਦਾ ਮਹੱਤਵ ਦਿੱਤਾ ਜਾਂਦਾ, ਉਸਨੂੰ ਰਾਈਟ ਸਾਈਡ ਬਿਠਾਇਆ ਜਾਂਦਾ ਹੈ। ਜੋਤਿਸ਼ ਦੇ ਵਿੱਚ ਵੀ ਕੋਈ ਵੀ ਹਵਨ ਯੱਗ ਕਰਨਾ ਹੈ ਤਾਂ ਜਿਹੜੀ ਉਹਦੀ ਪਤਨੀ ਹੁੰਦੀ ਹੈ ਉਹ ਉਹਦੇ ਸੱਜੇ ਪਾਸੇ ਬੈਠ ਕੇ ਪਹਿਲੇ ਰੂਪ ਦੇ ਵਿੱਚ ਭਾਗ ਲੈਂਦੀ ਹੈ। ਤਾਂ ਕਿਤੇ ਨਾ ਕਿਤੇ ਜੇ ਨਰਿੰਦਰ ਮੋਦੀ ਜੀ ਆਉਣਗੇ ਇਹ ਸਵਾਲ ਉੱਠਦਾ ਹੈ ਵੀ ਕੀ ਉਹਨਾਂ ਦੀ ਪਤਨੀ ਉਹਨਾਂ ਦੇ ਨਾਲ ਹੋਏਗੀ ਜਾਂ ਉਹ ਇਕੱਲੇ ਹੀ ਮੂਰਤੀ ਸਾਧਨਾ ਕਰਵਾਉਣਗੇ, ਇਹ ਵੱਡਾ ਸਵਾਲ ਹੈ। ਚਲੋ, ਇਹ ਤਾਂ ਗੱਲਾਂ ਹੈਗੀਆਂ ਨੇ ਵਿੱਚ ਵਿਚਾਰ ਕਰਨ ਵਾਲੀਆਂ, ਜਿਹਦੇ ਉੱਪਰ ਵਿਚਾਰ ਹੋਣਾ ਵੀ ਚਾਹੀਦਾ ਹੈਗਾ। ਜੋਤਿਸ਼ ਮੁਤਾਬਕ ਵੀ ਅਰਧਾਂਗਣੀ ਨਾਲ ਹੋਣੀ ਚਾਹੀਦੀ ਹੈ, ਅਤੇ ਇੱਧਰੋਂ ਸ਼ਰਮਾ ਜੀ ਨੇ ਵੀ ਇਸ ਗੱਲ ਉੱਪਰ ਮੋਹਰ ਲਾਈ ਹੈ ਕਿ ਅਰਧਾਂਗਣੀ ਨਾਲ ਹੋਵੇ ਤਾਂ ਯੱਗ ਸੰਪੂਰਨ ਹੁੰਦਾ ਹੈ। ਹੋ ਸਕਦਾ ਕਿ ਸ਼ੰਕਰਾਚਾਰੀ ਇਸ ਗੱਲ ਦਾ ਇਤਰਾਜ਼ ਕਰਦੇ ਹੋਣ, ਪਰ ਇਹ ਭਵਿੱਖ ਦੀ ਗੋਸ਼ਟ ਹੈ ਕਿ ਸਵਾਲ ਦਾ ਜਵਾਬ ਕੀ ਹੈ। ਜੇ ਹੁਣ ਦੀ ਗੱਲ ਕਰੀ ਜਾਵੇ ਤਾਂ ਇਸ ਮੰਦਰ ਦੇ ਵਿੱਚ ਜਿਹੜੀ ਮੂਰਤੀ ਸਥਾਪਨਾ ਹੋਣੀ ਹੈ ਉਹ ਭਗਵਾਨ ਰਾਮ ਦੇ ਬਾਲ ਰੂਪ 'ਚ ਹੋਣੀ ਹੈ, ਇਸ ਲਈ ਭਗਵਾਨ ਰਾਮ ਨੂੰ ਰਾਮ ਲੱਲਾ ਕਰਕੇ ਸੰਬੋਧਨ ਕੀਤਾ ਜਾ ਰਿਹਾ। ਅਤੇ ਜਿਹੜੀ ਉਹ ਮੂਰਤੀ ਹੈਗੀ ਹੈ ਉਹ ਸਿਰਫ ਇੱਕੋ ਹੀ ਪੱਤਰ 'ਚੋਂ ਬਣਾਈ ਗਈ ਹੈ ਜੋ ਕਾਲੇ ਰੰਗ ਦਾ, ਜਿਵੇਂ ਕਿ ਬਾਂਕੇ ਬਿਹਾਰੀ ਜੀ ਮੰਦਰ ਦੇ ਵਿੱਚ ਵੀ ਮੂਰਤੀ ਜਿਹੜੀ ਹੈਗੀ ਉਹ ਕਾਲੇ ਪੱਤਰ 'ਚ ਸੀਗੀ, ਉਹ ਮੂਰਤੀ ਬਣਾਈ ਗਈ ਹੈਗੀ, ਅਤੇ ਉਹਦੇ ਬਾਰੇ ਕੁਛ ਰੂਪ ਰੇਖਾ ਤੁਹਾਨੂੰ ਸਮਝ ਆਈ ਹੋਵੇ। ਹਾਂਜੀ, ਜਿਸ ਤਰ੍ਹਾਂ ਪਹਿਲੇ ਜਦੋਂ ਮੂਰਤੀ ਬਣਾਉਣ ਦਾ ਆਰਡਰ ਦਿੱਤਾ ਗਿਆ ਸੀ 3 ਮੂਰਤੀਕਾਰਾਂ ਨੂੰ ਦਿੱਤਾ ਗਿਆ ਸੀ, ਜਿਹਦੇ ਵਿੱਚ 2 ਗ੍ਰੇਨਾਈਟ ਜਿਹਦੇ 'ਚ 1 ਵਾਈਟ ਔਰ 1 ਸੰਗਮਰਮਰ ਦੀ ਮੂਰਤੀ ਦਾ ਆਰਡਰ ਸੀ। ਫਿਰ ਉਹਨਾਂ 'ਚੋਂ 3 ਵਿੱਚੋਂ 1 ਸਿਲੈਕਟ ਕੀਤੀ ਜਾਣੀ ਸੀ, ਜਿਹਦੇ 'ਚੋਂ ਇੱਕ ਕਾਲੇ ਰੰਗ ਦੀ ਲਾਲ ਜਿਹੜਾ ਉਹਨਾਂ ਦਾ ਬਾਲ ਰੂਪ ਹੈ ਜੀ ਉਹ ਸਿਲੈਕਟ ਕੀਤਾ ਗਿਆ। ਹੁਣ ਉਹਨਾਂ ਦੀ ਹੀ ਸਥਾਪਨਾ ਕੀਤੀ ਜਾ ਰਹੀ ਹੈ ਜਿਹਦੇ 'ਚ 10 ਅਵਤਾਰਾਂ ਵੀ ਅੰਕਿਤ ਨੇ
ਤੇ ਸੂਰਿਆ ਭਗਵਾਨ ਵੀ ਉੱਪਰ ਉਹਨਾਂ ਦੇ ਅੰਕਿਤ ਹੈ, ਉਹ ਮੂਰਤੀ ਬਾਗ ਉੱਪਰ ਵੀ ਫਾਈਨਲ ਕੀਤੀ ਗਈ ਹੈ ਜੋ ਕਾਲੇ ਪੱਥਰ ਦੀ ਹੈ। ਸੋ ਉਹ ਮੂਰਤੀ ਦੀ ਗੱਲ ਕਰਦੇ ਹਾਂ ਹਰਪ੍ਰੀਤ ਜੀ ਕਿ ਮੂਰਤੀ ਜਿਹੜੀ ਹੈਗੀ ਹੈ ਉਹਦੀ ਤਸਵੀਰਾਂ ਵੀ ਸਾਹਮਣੇ ਆ ਗਈਆਂ ਨੇ। ਹਾਂਜੀ, ਕਿ ਮੂਰਤੀ ਸਥਾਪਨਾ ਹੋਣ ਤੋਂ ਪਹਿਲਾਂ ਮੂਰਤੀ ਦੇ ਅੱਖਾਂ ਨੂੰ ਜਿਹੜਾ ਢਕਿਆ ਹੁੰਦਾ ਉਹ ਖੋਲ ਦੇਣਾ ਸਹੀ ਹੁੰਦਾ ਜਾਂ ਕਿ ਤਸਵੀਰ ਪਹਿਲਾਂ ਦੀ ਹੋ ਸਕਦੀ ਹੈ? ਹਾਂਜੀ, ਦੇਖੋ ਮੂਰਤੀ ਸਥਾਪਨਾ ਦੇ ਵਿੱਚ ਜਿੱਦਾਂ ਅਸੀਂ ਪਹਿਲੀ ਗੱਲ ਕਰ ਚੁੱਕੇ ਹਾਂ ਵੀ 7 ਦਿਨ ਦਾ ਇੱਕ ਪ੍ਰੋਸੈਸ ਹੁੰਦਾ ਜਿਹਦੇ 'ਚ ਉਸ ਤੋਂ ਪਹਿਲੇ ਮੂਰਤੀ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਿਆ ਜਾਂਦਾ, ਹੋਰ ਪਹਿਲੇ ਉਸਦਾ ਅਨਾਵਰਣ ਹੋਣਾ ਗਲਤ ਹੈ ਬਿਲਕੁਲ। ਤੇ ਇਹ ਜਿਹੜੀਆਂ ਫੋਟੋਆਂ ਆ ਰਹੀਆਂ ਨੇ ਇਹ ਹੋ ਸਕਦਾ ਵੀ ਪਹਿਲੇ ਦੀਆਂ ਹੋਣ ਕੋਈ ਖਿੱਚੀਆਂ ਹੋਈਆਂ, 6 ਦਿਨ ਦਾ ਜਿਹੜਾ ਪ੍ਰੋਸੈਸ ਹੁੰਦਾ ਉਸ ਤੋਂ ਇਹ ਪਹਿਲੇ ਦਿਨ ਪਹਿਲੇ ਦੀ ਹੋ ਸਕਦੀ ਹੈ ਜੋ ਮੂਰਤੀ ਲੱਗੀ। ਹੁਣ ਤਾਂ ਗਰਭ ਜਦੋਂ ਗਰਭ ਗ੍ਰਹਿ ਚ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਉਹਦੀ ਕੋਈ ਫੋਟੋ ਨਹੀਂ ਲਈ। ਬਿਲਕੁਲ, ਹੋ ਸਕਦਾ ਕਿ ਜਿਸ ਵੇਲੇ ਇਹ ਮੂਰਤੀਆਂ ਮੂਰਤੀਕਾਰ ਨੇ ਬਣਾਈਆਂ ਹੋਣ ਉਦੋਂ ਫੋਟੋ ਇਹ ਹੋਈ ਹੋਵੇ ਜਾਂ ਜਦੋਂ ਮੂਰਤੀ ਪਹੁੰਚੀ ਹੋਵੇ ਉਦੋਂ ਦੀ ਫੋਟੋ ਹੋਵੇ। ਪਰ ਜੇ ਸਨਾਤਨ ਧਰਮ ਦੀ ਗੱਲ ਕੀਤੀ ਜਾਵੇ, ਸਨਾਤਨ ਧਰਮ ਦੇ ਮੁਤਾਬਿਕ ਮੂਰਤੀ ਦੇ ਅੱਖਾਂ ਦੇ ਉੱਪਰ ਪੱਟੀ ਹੋਣੀ ਜ਼ਰੂਰੀ ਹੈ ਜਦੋਂ ਮੂਰਤੀ ਸਥਾਪਨਾ ਹੁੰਦੀ ਹੈ, ਖਾਸ ਪੂਜਾ ਹੁੰਦੀ ਹੈ, ਉਸ ਤੋਂ ਬਾਅਦ ਉਹ ਪੱਟੀ ਜਦੋਂ ਅੱਖਾਂ ਤੋਂ ਹਟਾਈ ਜਾਂਦੀ ਹੈ ਉਸ ਦ੍ਰਿਸ਼ਟੀ ਦੇ ਵਿੱਚ ਇੰਨੀ ਕੁ ਪਾਵਰ ਹੁੰਦੀ ਹੈ ਕਿ ਜਿਹਨੂੰ ਕੋਈ ਝੇਲ ਨਹੀਂ ਸਕਦਾ। ਕਈ ਤੁਸੀਂ ਫੋਟੋ ਵੀਡੀਓਜ਼ ਵੀ ਦੇਖੀਆਂ ਹੋਣੀਆਂ ਵੀ ਜੀ ਜਦੋਂ ਸ਼ੀਸ਼ਾ ਸਾਹਮਣੇ ਕਰਦੇ ਆ ਮੂਰਤੀ ਸਥਾਪਨਾ ਵੇਲੇ ਤਾਂ ਉਹ ਅੱਖਾਂ ਤੋਂ ਪੱਟੀ ਹਟਦੀ ਹੈ ਤਾਂ ਉਹ ਸ਼ੀਸ਼ਾ ਤੱਕ ਵੀ ਤੜਕ ਜਾਂਦਾ ਹੈ। ਸ਼ਰਮਾ ਜੀ, ਇਸ ਬਾਰੇ ਤੁਸੀਂ ਕੁਛ ਵਿਚਾਰ ਰੱਖੋਗੇ? ਮੈਂ ਆਪਦੀ ਲਾਈਫ 'ਚ 2 ਮੂਰਤੀ ਸਥਾਪਨਾ ਕਰਾ ਚੁੱਕਿਆ। ਮੂਰਤੀ ਜਦੋਂ ਸਥਾਪਿਤ ਕਰ ਦਿੰਦੇ ਆ 7 ਦਿਨ ਦੀ ਪੂਜਾ ਤੋਂ ਬਾਅਦ, ਉਸ ਤੋਂ ਬਾਅਦ ਉਹਦੀਆਂ ਅੱਖਾਂ ਸੁਰਮਚੂ ਦੇ ਨਾਲ ਖੋਲੀਆਂ ਜਾਂਦੀਆਂ, ਸੁਰਮੇਦਾਨੀ ਨਾਲ ਉਹਦੀਆਂ ਸੋਨੇ ਦਾ ਬਣਾਉਂਦੇ ਆ, ਕੋਈ ਚਾਂਦੀ ਦਾ ਬਣਾਉਂਦੇ ਆ, ਜਿਸ ਤਰ੍ਹਾਂ ਵੀ ਹੈ। ਖੋਲਣ ਤੋਂ ਪਹਿਲਾਂ, ਪੱਟੀ ਖੋਲਣ ਤੋਂ ਪਹਿਲਾਂ ਉਹਦੇ ਦੇ ਸੁਰਮਚੂ ਨਾਲ ਉਹਦੀਆਂ ਅੱਖਾਂ ਦੇ ਵਿੱਚ ਜਿਵੇਂ ਆਪਾਂ ਬੱਚੇ ਦੇ ਸੁਰਮਾ ਪਾਉਂਦੇ ਹਾਂ ਉਵੇਂ ਪਹਿਲਾਂ ਸੁਰਮਾ ਪਾਉਂਦੇ ਆ। ਸੁਰਮਾ ਪਾਉਣ ਤੋਂ ਬਾਅਦ ਉਹਦੀਆਂ ਅੱਖਾਂ ਖੋਲਦੇ ਆ, ਅੱਖਾਂ ਖੋਲਣ ਤੋਂ ਬਾਅਦ ਉਹਦੀ ਪੱਟੀ ਲੈਂਦੀ ਹੈ ਜੀ ਨਾ, ਫਿਰ ਉਹਨੂੰ ਸ਼ੀਸ਼ਾ ਦਿਖਾਉਂਦੇ ਆ ਤੇ ਉਹ ਸ਼ੀਸ਼ਾ ਕਈ ਵਾਰੀ ਤਿੜਕ ਵੀ ਜਾਂਦਾ, ਸ਼ੀਸ਼ਾ ਕਈ ਵਾਰੀ ਤਿੜਕ ਜਾਂਦਾ ਕਿਉਂਕਿ ਉਹਦਾ ਤੇਜ ਬਹੁਤ ਜ਼ਿਆਦਾ ਹੁੰਦਾ, ਕਿਉਂਕਿ ਜਿਹੜੀ ਉਹ 7 ਦਿਨ ਦੀ ਪੂਜਾ ਹੁੰਦੀ ਹੈ ਉਹਦਾ ਕਹਿੰਦੇ ਅਸਰ ਹੁੰਦਾ ਉਸ ਚੀਜ਼ 'ਤੇ। ਇਹ ਚੀਜ਼ਾਂ ਮੈਨੂੰ ਮੌਕਾ ਮਿਲਿਆ, ਮੈਨੂੰ ਇੱਕ ਸੁਭਾਵ ਮਿਲਿਆ ਹੈਗਾ, ਮੈਂ ਵੀ ਸਥਾਪਨਾ ਕਰਾਈ ਹੈ ਬਜਰੰਗ ਬਲੀ ਦੇ ਕਿਸੇ ਮੰਦਰ 'ਚ ਬਜਰੰਗ ਬਲੀ ਦੀ ਮੂਰਤੀ ਦੀ। ਮੈਨੂੰ ਪਤਾ ਮੈਂ ਉੱਥੇ 7 ਦਿਨ ਥੱਲੇ ਸੌਂਦਾ ਰਿਹਾ, ਆਪਦਾ ਬਿਸਤਰਾ ਲਿਜਾ ਕੇ ਥੱਲੇ ਸੌਂਦਾ ਸੀ ਅਤੇ ਕੋਈ ਲਸਣ ਪਿਆਜ਼ ਜੇ ਉਹ ਬੜਾ ਸ਼ੁੱਧੀ ਨਾਲ ਉੱਥੇ ਰਹਿਣਾ ਪੈਂਦਾ, ਬਾਹਰੋਂ ਰੋਟੀ ਨਹੀਂ ਖਾਣੀ, ਆਪਦੀ ਬਣਾ ਕੇ ਖਾਣੀ ਪੈਂਦੀ। ਇਹੋ ਜਿਹਾ ਸਾਰਾ ਮੈਂ ਪ੍ਰਕਿਰਿਆ ਦੇਖੀ ਹੈ ਕਿਉਂਕਿ ਮੇਰੇ ਨਾਲ ਮੈਂ ਇਹ ਕੀਤੀ ਹੈ, ਮੈਨੂੰ ਪਤਾ ਇਸ ਚੀਜ਼ ਦਾ। ਬਿਲਕੁਲ, ਇੱਦਾਂ ਦੇ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਬਾਰੇ ਵੀ ਸੁਣਨ ਨੂੰ ਆਇਆ ਸੀ ਕਿ ਹੁਣ ਕਈ ਦਿਨਾਂ ਤੋਂ ਚਟਾਈ 'ਤੇ ਸੌ ਰਹੇ ਨੇ। ਸੋ ਚੰਗਾ ਹੋਏਗਾ ਕਿ ਸਾਡੇ ਭਾਰਤ ਵਾਸਤੇ ਕੋਈ ਚੰਗਾ ਦਿਨ ਆਵੇ, ਰਾਮ ਰਾਜੇ ਦੁਆਰਾ ਸਥਾਪਿਤ ਹੋਵੇ, ਜਿਵੇਂ ਰਾਮ ਲੱਲਾ ਜੀ ਆਪਣੀ ਜਗ੍ਹਾ 'ਤੇ ਸਥਾਪਿਤ ਹੋ ਰਹੇ ਨੇ ਅਤੇ ਰਾਮ ਰਾਜੇ ਵੀ ਸਥਾਪਿਤ ਹੋਵੇ ਅਤੇ ਪੂਰੇ ਭਾਰਤ ਦੇ ਵਿੱਚ ਅਮਨੋ ਸ਼ਾਂਤੀ ਹੋਵੇ। ਇਸੇ ਤਰ੍ਹਾਂ ਹੀ ਅਸੀਂ ਡਿਸਕਸ਼ਨ ਕਰਦੇ ਰਹਾਂਗੇ ਪ੍ਰੋਗਰਾਮਾਂ ਦੇ ਵਿੱਚ। ਸਾਡੀ ਡਿਸਕਸ਼ਨ ਤੁਹਾਨੂੰ ਕਿਸ ਤਰ੍ਹਾਂ ਲੱਗੀ ਜ਼ਰੂਰ ਦੱਸਣਾ, ਅਤੇ ਇਹ ਗੱਲ ਜਿਹੜੀ ਹੈਗੀ ਹੈ ਕਰਨੀ ਇਸ ਲਈ ਜ਼ਰੂਰੀ ਸੀ ਕਿਉਂਕਿ ਇਸ ਵੇਲੇ ਇਹਨਾਂ ਗੱਲਾਂ ਦਾ ਮਤਲਬ ਬਣਦਾ, ਮਕਸਦ ਬਣਦਾ ਹੈਗਾ ਕਿ ਅਸੀਂ ਉਹਨਾਂ ਗੱਲਾਂ ਤੋਂ ਕਿੰਨੇ ਕੁ ਜਾਣੂ ਹੈਗੇ, ਕਿੰਨੇ ਕੁ ਅਵੇਅਰ ਹੈਗੇ। ਜੋ ਜਾਣਕਾਰੀ ਸਾਡੇ ਕੋਲ ਸੀਗੀ ਅਸੀਂ ਤੁਹਾਡੇ ਤੱਕ ਪਹੁੰਚਾਈਏ। ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਹੈ ਤੁਸੀਂ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਣਾ, ਅਤੇ ਇਸੇ ਤਰ੍ਹਾਂ ਵੇਖਦੇ ਰਹਿਣਾ A1 ਪੰਜਾਬੀ ਚੈਨਲ, ਤੁਹਾਡਾ ਆਪਣਾ ਚੈਨਲ।